ਲਖਨਪਾਲ ਜੀ ਅੱਜ ਕਿਸ ਇਸ਼ੂ ਤੇ ਤੁਸੀਂ ਬੋਲਣਾ ਚਾਹੁੰਦੇ ਹੈਗੇ ਹੋ ਇਲੈਕਸ਼ਨ ਆ ਰਹੀ ਅਸੀਂ ਬੇਸਿਕਲੀ ਸੰਗਰੂਰ ਜਿਹੜੀ ਕੰਸਟੀਟੂਐਂਸੀ ਹੈਗੀ ਹੈ ਮੈਂਬਰ ਪਾਰਲੀਮੈਂਟ ਦੇ ਉਸ ਦੇ ਬਾਰੇ 'ਚ ਬੋਲਣਾ ਚਾਹੁੰਦੇ ਹਾਂ ਔਰ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੇ ਮਾਨ ਸਾਹਿਬ ਉੱਥੇ ਖੜੋਏ ਹੋਏ ਨੇ ਸਿਮਰਨਜੀਤ ਸਿੰਘ ਮਾਨ ਹੀ ਇਜ਼ ਦਾ ਮੋਸਟ ਡਿਜ਼ਰਵਿੰਗ ਕੈਂਡੀਡੇਟ ਪੰਜਾਬ ਦੇ ਲਈ ਜਿੰਨਾ ਉਹ ਲੜੇ ਨੇ ਔਰ ਪੰਜਾਬੀਅਤ ਲਈ ਹਰ ਪੁਆਇੰਟ 'ਤੇ ਹਰ ਸਟੈਂਡ 'ਤੇ ਮੇਰੇ ਹਿਸਾਬ ਨਾਲ ਪੰਜਾਬ 'ਚ ਕੋਈ ਹੋਰ ਲੜਿਆ ਨਹੀਂ ਹੈ ਜਿੰਨਾ ਉਹਨਾਂ ਨੇ ਤਸ਼ੱਦਦ ਸਿਆ ਅੱਜ 30 ਸਾਲ ਪਹਿਲਾਂ ਵੀ ਇੰਨਾ ਤਸ਼ੱਦਦ ਕੋਈ ਕਿਸੇ ਨਾਲ ਹੋਇਆ ਨਹੀਂ ਹੋਏਗਾ ਸ਼ਾਇਦ ਜਿਹੜੇ ਹਾਰਡ ਕੋਰ ਟੈਰਰਿਸਟ ਸੀਗੇ ਉਹਨਾਂ ਨਾਲ ਵੀ ਕਦੀ ਇੰਨਾ ਤਸ਼ੱਦਦ ਨਹੀਂ ਹੋਇਆ ਜਿੰਨਾ ਮਾਨ ਸਾਹਿਬ ਨਾਲ ਹੋਇਆ ਉਹਦੇ ਨੌਂ ਪੱਟੇ ਗਏ ਔਰ ਵਾਲ ਵੀ ਉਧੇੜ ਦਿੱਤੇ ਗਏ ਔਰ ਹੋਰ ਜੋ ਕੁਛ ਹੋਇਆ ਮੈਂ ਕਹਿ ਨਹੀਂ ਸਕਦਾ ਮਤਲਬ ਲੋਕਾਂ ਦੇ ਸਾਹਮਣੇ ਇਟ ਵਿਲ ਨੋਟ ਬੀ ਇਨ ਗੁੱਡ ਟੇਸਟ ਉਹਨੇ ਰਿਜ਼ਾਈਨ ਕੀਤਾ ਐਜ਼ ਆਈ ਪੀ ਐੱਸ ਔਫਿਸਰ ਐਜ਼ ਐੱਸ ਐੱਸ ਪੀ ਉਹਨਾਂ ਦਾ ਜਿਹੜਾ ਰੈਂਕ ਜਦੋਂ ਰਿਜ਼ਾਈਨ ਕੀਤਾ ਉਹ ਐੱਸ ਐੱਸ ਪੀ ਸੀਗਾ ਹਰ ਚੀਜ਼ ਉਹਨਾਂ ਲਾਈਫ ਦੇ ਵਿੱਚ ਉਹਨਾਂ ਨੇ ਸੈਕਰੀਫਾਈਸ ਕੀਤੀ ਤਸ਼ੱਦਦ ਵੀ ਸਿਆ ਜੇਲ੍ਹਾਂ ਦੀ ਵੀ ਕੱਟੀਆਂ ਔਰ ਅੱਜ ਦੇ ਤੁਸੀਂ ਇਤਿਹਾਸ ਦੇਖੋ ਤਾਂ ਪੰਜਾਬ 'ਚ ਜਾਂ ਕੋ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਇੰਨਾ ਕਲੀਨ ਰਿਕਾਰਡ ਸ਼ਾਇਦ ਕਿਸੇ ਵੀ ਪੋਲੀਟੀਸ਼ੀਅਨ ਦਾ ਨਹੀਂ ਰਿਹਾ ਤੁਸੀਂ ਉਹਨਾਂ ਦੇ ਬਾਅਦ 'ਚ ਕੁਛ ਵੀ ਕਹਿ ਸਕਦੇ ਹੋ ਮਗਰ ਇਹ ਨਹੀਂ ਕਹਿ ਸਕਦਾ ਕਿ ਇਹ ਡਿਸਓਨੈਸਟ ਨੇ ਜਾਂ ਕਰਪਟ ਨੇ ਜਾਂ ਕੋਈ ਇਹੋ ਜਿਹਾ ਉਹਨਾਂ ਨੇ ਕੰਮ ਕੀਤਾ ਹੋਵੇ ਐਬਸੋਲਿਊਟਲੀ ਕਲੀਨ ਰਿਕਾਰਡ ਫਰੋਮ ਦਾ ਲਾਸਟ ਨੀਅਰਲੀ 40 ਈਅਰਸ ਕਿੰਨੀਆਂ ਐੱਫ ਆਈ ਆਰਸ ਹੋਈਆਂ ਸੀਗੀਆਂ ਜੀ ਦੇਖੋ ਜੀ ਉਹਨਾਂ ਦੇ ਖਿਲਾਫ਼ ਕੋਈ 150 ਐੱਫ ਆਈ ਆਰ ਹੋਈ ਪੰਜਾਬ 'ਚ ਹਰਿਆਣੇ 'ਚ ਦਿੱਲੀ 'ਚ ਕਸ਼ਮੀਰ 'ਚ ਹਰ ਥਾਂ 'ਤੇ ਔਰ ਉਹਨਾਂ 150 ਐੱਫ ਆਈ ਆਰ ਦੇ ਵਿੱਚ ਵੀ ਉਹਨਾਂ ਦੇ ਖਿਲਾਫ਼ ਕੁਛ ਵੀ ਸਾਬਤ ਨਹੀਂ ਹੋਇਆ ਔਰ ਸਾਰੇ ਕਿਸਮ ਦੇ ਵਿੱਚ ਜਿਹੜੇ ਮੈਂ ਹੀ ਲੜੇ ਸੀਗੇ ਉਹ ਸਾਰਿਆਂ 'ਚ ਇਕੁਇਟ ਹੋਏ ਆਨਰੇਬਲੀ ਇਕੁਇਟਡ ਇਨ ਆਲ ਦਾ ਕੇਸਿਸ ਜਿੰਨਾ ਉਹਨਾਂ ਨੂੰ ਤੰਗ ਕੀਤਾ ਗਿਆ ਹਰ ਪਾਸਿਓਂ ਉਹਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਪੜ੍ਹਾਈ ਲਿਖਾਈ ਓਨੈਸਟੀ ਹਰ ਪਾਸਿਓਂ ਜੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜਾਂ ਤੁਸੀਂ ਕਹਿ ਸਕਦੇ ਹਿੰਦੁਸਤਾਨ ਦੇ ਵਿੱਚ ਹੀ ਐਸਾ ਕੋਈ ਪੋਲੀਟੀਸ਼ੀਅਨ ਹੈ ਹੀ ਨਹੀਂ ਔਰ ਜੇ ਹੁਣ ਵੀ ਅਸੀਂ ਉਹ ਨਾ ਐਕਟ ਕਰੀਏ ਤਾਂ ਫਿਰ ਸਾਡੀ ਬਦ ਕਿਸਮਤੀ ਹੈਗੀ ਹੈ ਜਿਹੜੇ ਉਹਨਾਂ ਦੇ ਓਪੋਨੈਂਟ ਜਿਹੜੇ ਉਹਨਾਂ ਦੇ ਖੜ੍ਹੇ ਹੋਏ ਨੇ ਤੁਸੀਂ ਜੇ ਮਾੜਾ ਜਿਹਾ ਵੀ ਉਹਨਾਂ ਨੂੰ ਕੰਪੇਅਰ ਕਰੋ ਤਾਂ ਨੇੜੇ ਵੀ ਨਹੀਂ ਆਉਂਦੇ ਮੇਨ ਤੁਸੀਂ ਫਾਈਟ ਕਿਹਦੇ ਨਾਲ ਦੇਖ ਰਹੇ ਹੋ ਮੇਨ ਫਾਈਟ ਤਾਂ ਹਾਲੇ ਕੋਈ ਇਮਰਜ ਨਹੀਂ ਹੋਈ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀ ਇਸ ਵੇਲੇ ਹਾਲਾਤ ਹੈ ਸਿਚੁਏਸ਼ਨ ਹੈਗੀ ਹੈ ਕੋਨਸਟੀਚੁਐਂਸੀ 'ਚ ਮਾਨ ਸਭ ਉਸ ਆਰਾਮ ਨਾਲ ਜਿੱਤ ਕੇ ਆਉਣਗੇ ਪਰ ਜਿਸ ਤਰੀਕੇ ਨਾਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਪੰਜਾਬ ਦੇ ਵਿੱਚ ਅਤੇ ਸੰਗਰੂਰ ਤੋਂ ਭਗਵੰਤ ਮਾਨ ਹਮੇਸ਼ਾ ਲੜਦੇ ਰਹੇ ਨੇ ਜਿੱਤਦੇ ਰਹੇ ਨੇ ਅਤੇ ਇਸ ਵਾਰੀ ਵੀ ਤੁਹਾਨੂੰ ਲੱਗਦਾ ਨਹੀਂ ਗਾ ਵੀ ਬਹੁਤ ਔਖਾ ਹੋਊਗਾ ਉਹਨਾਂ ਨੂੰ ਫਿਰ ਬੀਟ ਕਰਨਾ ਨਹੀਂ ਬਿਲਕੁਲ ਨਹੀਂ ਕਿਉਂਕਿ ਜਿਹੜਾ ਯੰਗ ਵੋਟਰ ਹੈਗਾ ਉਹ ਸਾਰੇ ਇਹਨਾਂ ਨੂੰ ਸਪੋਰਟ ਕਰ ਰਿਹਾ ਇੱਕ ਤਾਂ ਵੈਸੇ ਵੀ ਉਹ ਮਾਨ ਸਾਹਿਬ ਨਾਲ ਉਹਨਾਂ ਦੀ ਕੋਈ ਐਸੀ ਖਿਲਾਫਤ ਨਹੀਂ ਹੈ ਦੂਜਾ ਜਿਹੜਾ ਮੂਸੇਵਾਲ ਦੇ ਜਿੰਨੇ ਬੰਦੇ ਸਾਰੇ ਹੈਗੇ ਸਪੋਰਟਰ ਹੈਗੇ ਯੰਗ ਵੋਟਰ ਦੇ ਹੈਗੇ ਨੇ ਦੇ ਆਰ ਆਲ ਗੋਇੰਗ ਟੂ ਵੋਟ ਫੋਰ ਹਿਮ ਇਸ ਗੱਲ ਨਾਲ ਉਹਨਾਂ ਦੀ ਬਿਲਕੁਲ ਵਿਨ ਵਿਨ ਸਿਚੁਏਸ਼ਨ ਹੈਗੀ ਹੈ ਔਰ ਕੋਈ ਕਾਰਨ ਨਹੀਂ ਹੈ ਕਿ ਉਦੋਂ ਕੋਈ ਵੀ ਵੋਟ ਜਿਹੜਾ ਹੈਗਾ ਦੂਜਾ ਕੈਂਡੀਡੇਟ ਇਹਦੇ ਖਿਲਾਫ਼ ਕੋਲ ਵੀ ਖੜ ਸਕੇ ਕਿਸੇ ਵੀ ਹੋਰ ਕੈਂਡੀਡੇਟ ਦੀ ਕੀ ਕੰਟਰੀਬਿਊਸ਼ਨ ਹੈ ਕੀ ਸੈਕਰੀਫਾਈਸ ਹੈ ਕੀ ਵਿਜ਼ਨ ਹੈ ਕੀ ਐਜੂਕੇਸ਼ਨ ਹੈ ਵੇਖਾ ਕੋਈ ਵੀ ਕੈਂਡੀਡੇਟ ਇਹਦੇ ਨੇੜੇ ਵੀ ਨਹੀਂ ਆਉਂਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਰਾਜੋਆਣਾ ਨੂੰ ਕੀਤਾ ਗਿਆ ਫੀਲਡ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹਨਾਂ ਨੂੰ ਕਿਵੇਂ ਦੇਖਦੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹਨੇ ਤੁਸੀਂ ਨਾਮ ਲਿਆ ਉਹਦੀ ਕੰਟਰੀਬਿਊਸ਼ਨ ਕੀ ਆ ਉਹਦੀ ਕੁਆਲੀਫਿਕੇਸ਼ਨ ਕੀ ਆ ਉਹਦਾ ਸਟੈਂਡ ਕੀ ਹੈ ਉਹ ਤਾਂ ਰਾਜੋਆਣਾ ਦੀ
ਐਕਚੁਅਲ ਸਿਸਟਰ ਵੀ ਨਹੀਂ ਹੈ, ਉਹਨਾਂ ਦਾ ਸੈਕਰੀਫਾਈਸ ਕੀ ਹੈ, ਉਹਨਾਂ ਦਾ ਕੰਟਰੀਬਿਊਸ਼ਨ ਕੀ ਹੈ, ਕੁਆਲੀਫਿਕੇਸ਼ਨ ਕੀ ਹੈ, ਸਟੈਂਡ ਤੁਸੀਂ ਦੱਸੋ ਨੇੜੇ ਪਾਵੇ ਆਸ ਪਾਸ ਵੀ ਕਿੱਥੇ ਆਉਂਦੇ ਨੇ ਉਹ। ਪਰ ਜਿਸ ਤਰੀਕੇ ਨਾਲ ਜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਹੁਤ ਗਰਮਾਇਆ ਪੰਜਾਬ ਦੇ ਵਿੱਚ, ਤੇ ਲੱਗਦਾ ਵੀ ਉਹ ਤਾਂ ਬੈਨੀਫਿਟ ਉਹਨਾਂ ਨੂੰ ਮਿਲ ਸਕਦਾ। ਕਿਹਨੂੰ, ਕਿਹਨਾਂ ਨੂੰ? ਕਮਲਦੀਪ ਕੌਰ ਜੀ ਨੂੰ, ਰਾਜੋਆਣਾ ਜੀ ਨੇ ਚਿੱਠੀ ਲਿਖ ਕੇ ਵੀ ਕਿਹਾ ਹੈਗਾ ਵੀ ਉਹਨਾਂ ਨੂੰ ਜਿਹੜੀ ਸਪੋਰਟ ਕਰਨਗੇ। ਮੈਂ ਜਿਹੜੀ ਹੈ ਜਿਹੜਾ ਇਸ਼ੂ ਹੈਗਾ ਇਹ ਕਿਹਨੇ ਚੱਕਿਆ ਦੱਸੋ? ਅਸੀਂ ਚੱਕਿਆ, ਅਸੀਂ ਹਾਈਕੋਰਟ 'ਚ ਕੇਸ ਪਾਇਆ ਕਿ ਸਾਰਿਆਂ ਨੂੰ ਛੱਡਿਆ ਜਾਵੇ, ਔਰ ਹਾਈਕੋਰਟ ਨੂੰ ਕਿਹਾ ਕਿ ਸਾਰਿਆਂ ਨੂੰ ਛੱਡੋ, ਜਿਹੜਾ ਬੰਦਾ ਵੀ ਹਾਈਕੋਰਟ 'ਚ ਕੇਸ ਪਾਉਂਦਾ ਉਹਨੂੰ ਛੱਡਿਆ ਜਾਵੇ। ਉਹ ਵੀ ਕੇਸ ਮੈਂ ਹੀ ਪਾਇਆ ਸੀ, ਮਾਨ ਸਾਹਿਬ ਦੇ ਨਾਮ ਤੋਂ ਹੀ ਪਾਇਆ ਸੀਗਾ, ਔਰ ਹਾਈਕੋਰਟ ਨੇ ਕਿਹਾ ਕਿ ਜਿਹੜਾ ਸਾਡੇ ਕੋਲ ਆਊਗਾ ਅਸੀਂ ਉਹਨੂੰ ਛੱਡਾਂਗੇ, ਜੇ ਕੋਈ ਆਏ ਨਾ ਸਾਹਮਣੇ ਤਾਂ ਉਹ ਕਿਹਨੂੰ ਛੱਡਣ। ਹੁਣ ਵੀ ਅਸੀਂ ਕਹਿੰਦੇ ਹਾਂ ਜਿਹੜਾ ਕੋਈ ਹੈਗਾ ਇਹੋ ਜਿਹਾ ਜੇਲ੍ਹ 'ਚ ਬੰਦਾ ਬੈਠਾ ਸਾਡੇ ਕੋਲ ਆਏ ਅਸੀਂ ਛੁਡਾਵਾਂਗੇ, ਅਸੀਂ ਪਹਿਲਾਂ ਹੀ ਕਈ ਬੰਦੇ ਛੁਡਾ ਚੁੱਕੇ ਹੋਏ, ਉਹ ਕਰਾਵਾਂਗੇ ਛੁਡਾਵਾਂਗੇ, ਆਹ ਸਟੈਂਡ ਵੀ ਅਸੀਂ ਲਿਆ। ਹੋਰ ਦੱਸੋ। ਠੀਕ ਹੈ ਜੀ, ਥੈਂਕ ਯੂ।